ਸਤਿ ਸ਼੍ਰੀ ਅਕਾਲ ਬੀਨੂ ਜੀ, ਤੁਹਾਡਾ ਫਾਈਵਵੁੱਡ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਤੇ ਫਾਈਵਵੁੱਡ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਹੀ ਅਦਬ, ਸਤਿਕਾਰ ਅਤੇ ਪਿਆਰ ਦੇ ਨਾਲ ਸਤਿ ਸ਼੍ਰੀ ਅਕਾਲ ਹੈ ਜੀ। ਜੇ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਤੁਹਾਡੀ ਆਉਣ ਵਾਲੀ ਜਿਹੜੀ ਹੁਣੇ ਤੁਹਾਡੀ ਫਿਲਮ ਆ ਰਹੀ ਹੈ ਵੇਖ ਬਰਾਤਾਂ ਚੱਲੀਆਂ, ਉਹਦੇ 'ਚ ਤੁਸੀਂ ਬਤੌਰ ਹੀਰੋ ਆ ਰਹੇ ਹੋ, ਤਾਂ ਇੱਕ ਕਰੈਕਟਰ ਆਰਟਿਸਟ ਤੋਂ ਲੈ ਕੇ ਇੱਕ ਹੀਰੋ ਬਣਨ ਤੱਕ ਦਾ ਜਿਹੜਾ ਤੁਹਾਡਾ ਸਫ਼ਰ ਸੀ ਉਹ ਕਿਵੇਂ ਦਾ ਰਿਹਾ? ਬਹੁਤ ਸਟਰਗਲ ਕੀਤੀ ਹੈ ਜੀ। ਮੈਂ 17-18 ਸਾਲ ਲੱਗ ਗਏ ਮੈਨੂੰ ਇਸ ਪੜਾਅ ਤੱਕ ਪਹੁੰਚਣ ਨੂੰ, ਪਰ ਮੈਂ ਧੰਨਵਾਦੀ ਹਾਂ ਮੇਰੇ ਸਾਰੇ ਦਰਸ਼ਕਾਂ ਦਾ ਜਿਹੜੇ ਮੈਨੂੰ ਪਿਆਰ ਕਰਦੇ ਨੇ, ਮੇਰੇ ਫੈਨਸ ਦਾ, ਮਾਤਾ ਪਿਤਾ ਦਾ, ਅਤੇ ਸਭ ਤੋਂ ਵੱਡੀ ਗੱਲ ਉਹ ਵਾਹਿਗੁਰੂ ਦਾ, ਉਹਨਾਂ ਦੀ ਜਿਵੇਂ ਉਹਦੀ ਮਰਜ਼ੀ ਤੋਂ ਬਿਨਾਂ ਕਹਿੰਦੇ ਪੱਤਾ ਵੀ ਨਹੀਂ ਹਿਲਦਾ, ਹੈ ਨਾ। ਸੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਹੁਣ 2 ਮਿੰਟ ਵਾਲੇ ਕਰੈਕਟਰ, ਪਹਿਲਾਂ 2 ਤੋਂ ਫਿਰ 10 ਮਿੰਟ ਵਾਲੇ, 10 ਤੋਂ 15 ਮਿੰਟ ਦਾ ਕਰੈਕਟਰ ਮਿਲਣ ਲੱਗਿਆ। ਪਹਿਲਾਂ ਵਿਲਨ ਤੋਂ ਸਟਾਰਟ ਕੀਤਾ, ਵਿਲਨ ਤੋਂ ਬਾਅਦ ਕੌਮਿਕ ਵਿਲਨ ਆਇਆ ਜੀ, ਫਿਰ ਕੌਮਿਕ ਹਟ ਗਿਆ, ਫਿਰ ਵਿਲਨ ਵਿਲਨ ਸਟਾਰਟ ਹੋ ਗਿਆ, ਤਾਂ ਉਸ ਤੋਂ ਬਾਅਦ ਹੁਣ ਹੌਲੀ ਹੌਲੀ ਹੀਰੋ ਦਾ ਦੌਰ ਆਇਆ ਜੀ। ਵੀ ਚਲੋ ਮੇਰੀ ਬਤੌਰ ਹੀਰੋ 3ਜੀ ਫਿਲਮ ਹੈ ਜੀ ਇਹ, ਅਤੇ ਬਹੁਤ ਵਧੀਆ ਲੱਗਦਾ ਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ। ਆਪਣੇ ਵੱਲੋਂ ਓਨੈਸਟੀ ਨਾਲ ਕੰਮ ਕਰਦਾ, ਡੈਡੀਕੇਸ਼ਨ ਨਾਲ ਕੰਮ ਕਰਦਾ, ਅਤੇ ਮੇਰੀ ਫਿਲਮ ਆ ਰਹੀ ਹੈ ਜੀ 28 ਜੁਲਾਈ ਨੂੰ ਵੇਖ ਬਰਾਤਾਂ ਚੱਲੀਆਂ, ਅਤੇ ਉਮੀਦ ਕਰਦਾ ਵੀ ਸਾਰਿਆਂ ਨੂੰ ਬਹੁਤ ਪਸੰਦ ਆਊਗੀ ਜੀ। ਅਤੇ ਵੇਖ ਬਰਾਤਾਂ ਚੱਲੀਆਂ ਬਾਰੇ ਕੁਛ ਥੋੜ੍ਹਾ ਜਿਹਾ ਤੁਹਾਡਾ ਉਹਦੇ 'ਚ ਜਿਹੜਾ ਐਜ਼ ਅ ਹੀਰੋ ਕਰੈਕਟਰ ਆ, ਉਹ ਕਿਵੇਂ ਦਾ ਇੱਕ ਕਰੈਕਟਰ ਆ? ਇੱਕ ਪਿੰਡ ਦਾ ਦੇਸੀ ਪਿੰਡ ਦਾ ਦੇਸੀ ਜਿਹਾ ਮੁੰਡਾ ਜੀ, ਜਿਹੜਾ ਕੋਈ ਕੰਮ ਕਰਕੇ ਰਾਜੀ ਨਹੀਂ ਹੈਗਾ। ਮੇਰੇ ਫਾਦਰ ਸਾਹਿਬ ਨੇ ਭੱਲਾ ਸਾਹਿਬ, ਅਤੇ ਸਾਡੇ ਇੱਕ ਮਿੰਨੀ ਬੱਸ ਵਾਲੇ ਕੋਲ ਬਾਹਲਾ ਜ਼ਿਆਦਾ ਖਾਣ ਪੀਣ ਨੂੰ ਨਹੀਂ ਹੁੰਦਾ ਸਮਾਨ, ਹੈ ਨਾ। ਬਹੁਤ ਜ਼ਿਆਦਾ ਅਮੀਰ ਨਹੀਂ ਹੁੰਦੇ ਉਹ, ਮਡੋਕਰ ਫੈਮਿਲੀ ਜੀ ਹੈ, ਪੂਰ ਮਡੋਕਰ ਫੈਮਿਲੀ ਲਾ ਲਓ ਪਿੰਡ ਦੇ ਵਿੱਚ ਰਹਿਣ ਵਾਲੀ, ਤਾਂ ਮਿੰਨੀ ਬੱਸ ਹੁੰਦੀ ਹੈ ਸਾਡੇ ਕੋਲ। ਤਾਂ ਉਹ ਜਿਹੜੀ ਬੱਸ ਹੈ, ਮੇਰੇ ਰਿਸ਼ਤੇਦਾਰ ਉਸ 'ਤੇ ਬਹੁਤ ਆਉਂਦੇ ਨੇ ਮੈਨੂੰ। ਮੇਰੇ ਇੱਕ ਚਾਚੇ ਦਾ ਮੁੰਡਾ, ਉਹ ਹਮੇਸ਼ਾ ਹੀ ਬਾਹਰੋਂ ਭਜਾਉਂਦਾ ਰਹਿੰਦਾ, ਜਿਹੜਾ ਕਰੈਕਟਰ ਸ਼ਿੰਦੀ ਵਾਲਾ ਕਰ ਰਿਹਾ ਜੀ ਰਣਜੀਤ ਬਾਬਾ। ਤਾਂ ਮੁੜ ਕੇ ਉਮਰ ਥੋੜ੍ਹੀ ਜਿਹੀ ਵੱਡੀ ਹੁੰਦੀ ਜਾਂਦੀ ਹੈ, ਅਤੇ ਕਰਦੇ ਕਰਾਉਂਦੇ ਜੀ, ਫਿਰ ਜਦ ਉਮਰ ਵੱਡੀ ਹੋ ਜਾਂਦੀ ਹੈ ਤਾਂ ਇੱਕ ਦਿਨ ਕਿਤੇ ਕਨੈਕਟਰ ਕਿਤੇ ਗਿਆ ਹੁੰਦਾ ਜੀ, ਕਿਤੇ ਬਿਮਾਰ ਹੋ ਜਾਂਦਾ, ਤਾਂ ਮੇਰੇ ਫਾਦਰ ਸਾਹਿਬ ਮੈਨੂੰ ਭੇਜਦੇ ਨੇ ਵੀ ਬੱਸ ਦੇ ਉੱਤੇ ਅੱਜ ਤੂੰ ਜਾ, ਵਿਹਲਾ ਬੈਠਾ ਰਹਿਣਾ, ਇੱਕ ਦਿਨ ਜਾਇਆ ਤਾਂ ਇਹਨੂੰ ਟਿਕਟਾਂ ਨੋਟਾਂ ਵੀ ਨਹੀਂ ਕੱਟਣੀਆਂ ਆਉਂਦੀਆਂ। ਤਾਂ ਉਹ ਬਾਈ ਚਾਂਸ ਉਹ ਖੂਬਸੂਰਤ ਜਿਹੀ ਕੁੜੀ ਜਿਹੜੀ ਹਰਿਆਣੇ ਦੇ ਲਾਗੇ ਸਾਡਾ ਪਿੰਡ ਪੈਂਦਾ, ਉਹ ਬੱਸ ਦੇ ਵਿੱਚ ਸਫ਼ਰ ਕਰ ਰਹੀ ਹੁੰਦੀ ਹੈ। ਬਸ ਫਿਰ ਉਸ ਤੋਂ ਬਾਅਦ ਤਾਂ ਕੀ ਜੀ, ਮੈਨੂੰ ਤਾਂ ਐਂ ਹੁੰਦਾ ਵੀ ਕਨੈਕਟਰ ਸਾਡਾ ਮੁੜ ਕੇ ਆ ਵੀ ਨਾ, ਹੈ ਨਾ। ਫਿਰ ਉਹ ਮੈਂ ਨਾਲ ਨਾਲ ਜਾਣਾ ਸ਼ੁਰੂ ਕਰ ਦਿੰਦਾ, ਤਾਂ ਉੱਥੋਂ ਸਾਰਾ ਜਿਹੜਾ ਸਾਡਾ ਪਿਆਰ ਵੱਧਦਾ ਜੀ ਹੌਲੀ ਹੌਲੀ। ਬੱਸ ਜਿਹੜੀ ਹਰਿਆਣੇ ਦੇ ਬਾਰਡਰ ਤੋਂ ਮੁੜਦੀ ਹੁੰਦੀ ਸੀ, ਹਰਿਆਣੇ 'ਚ ਜਾਣੀ ਸ਼ੁਰੂ ਹੋ ਜਾਂਦੀ ਹੈ ਜੀ, ਤਾਂ ਉਹ ਸਾਰਾ ਜਿਹੜੀ ਭਸੂੜੀ ਉਸਨੂੰ ਲੈ ਕੇ ਪੈਂਦੀ ਹੈ ਜੀ। ਤਾਂ ਇਹ ਫਿਲਮ 'ਚ ਰੋਮਾਂਸ ਦੇ ਨਾਲ ਨਾਲ ਕਾਮੇਡੀ ਵੀ ਹੈ ਜੀ, ਅਤੇ ਜਿਵੇਂ ਅਸੀਂ ਟ੍ਰੇਲਰ 'ਚ ਦੇਖਦੇ ਹਾਂ ਵੀ ਇਹ ਸਿਚੁਏਸ਼ਨਲ ਕਾਮੇਡੀ ਹੈ ਜੀ, ਉੱਦਾਂ ਨਹੀਂ ਹੈਗਾ ਵਨ ਲਾਈਨਰਸ ਮਾਰ ਕੇ ਆਪਾਂ ਬੇਤੁਕੀ ਕਾਮੇਡੀ ਕਰਕੇ ਹਸਾਈ ਜਾਂਦੇ ਨਾ, ਜਿੱਦਾਂ ਚੁਟਕਲੇ ਸੁਣਾ ਕੇ, ਉੱਦਾਂ ਦਾ ਕੁਛ ਨਹੀਂ। ਸਿਚੁਏਸ਼ਨਲ ਕਾਮੇਡੀ ਹੈਗੀ, ਸਾਰੇ ਬੰਦੇ ਆਪਣਾ ਆਪਣਾ ਕਿਰਦਾਰ ਕਰ ਰਹੇ ਨੇ, ਹੀਰੋ ਆਪਦਾ ਕੰਮ ਕਰ ਰਿਹਾ, ਫਾਦਰ ਸਾਹਿਬ ਆਪਦਾ ਕੰਮ ਕਰ ਰਿਹਾ, ਪਰ ਜਦੋਂ ਟੋਟੈਲਿਟੀ ਦੇ ਵਿੱਚ ਜਿਹੜਾ ਦਰਸ਼ਕ ਆ ਉਹ ਬੈਠਾ ਦੇਖੂ, ਤਾਂ ਆਪ ਮਾਰੇ ਹੱਸ ਆਊਗਾ ਵੀ ਇਹ ਕਰੀ ਕੀ ਜਾਂਦੇ, ਹੈ ਨਾ। ਤਾਂ ਉਹ ਕਰੈਕਟਰਸ ਕਰ ਰਹੇ ਨੇ ਸਾਰੇ ਆਪਦੇ ਆਪ। ਅਤੇ ਫਿਲਮ ਦਾ ਜਿਹੜਾ ਇੱਕ ਜਿਵੇਂ ਹੁਣ ਹਰ ਫਿਲਮ ਇੱਕ ਵਿਸ਼ੇ 'ਤੇ ਬਣਦੀ ਆ, ਅਸੀਂ ਟ੍ਰੇਲਰ 'ਚ ਦੇਖਦੇ ਹਾਂ ਵੀ ਇਹ ਫਿਲਮ ਦਾ ਵਿਸ਼ਾ ਅੰਧ ਵਿਸ਼ਵਾਸ 'ਤੇ ਬਣਿਆ ਹੋਇਆ, ਅਤੇ ਉਹਦੇ ਬਾਰੇ ਵੀ ਅੰਧ ਵਿਸ਼ਵਾਸ ਬਾਰੇ ਹੀ ਕਿਉਂ? ਨਹੀਂ ਬਾ, ਐਕਚੁਲੀ ਕੋਈ ਨਾ ਕੋਈ ਫਿਲਮ ਦੇ ਵਿੱਚ ਜਿਵੇਂ ਸਾਰੇ ਕਹਿੰਦੇ ਮੈਸੇਜ ਵੀ ਹੋਣਾ ਚਾਹੀਦਾ, ਕਿਉਂਕਿ ਤੁਸੀਂ ਰੋਲ ਮਾਡਲ ਹੁੰਦੇ ਹੋ ਸਮਾਜ ਦੇ ਵਿੱਚ। ਜੇ ਤੁਸੀਂ ਹੌਲੀ ਹੌਲੀ ਸੈਲੀਬ੍ਰੇਸ਼ਨ ਵਾਲੇ ਪਾਸੇ ਸੈਲੀਬ੍ਰਿਟੀ ਬਣਦੇ ਹੋ, ਤਾਂ ਤੁਹਾਡਾ ਕਿਤੇ ਨਾ ਕਿਤੇ ਤੁਹਾਨੂੰ ਬਹੁਤ ਲੋਕ ਫੋਲੋ ਕਰ ਰਹੇ ਹੁੰਦੇ ਨੇ, ਤਾਂ ਸੰਜੀਦਾ ਕਿਸਮ ਨਾਲ ਤੁਸੀਂ ਵਧੀਆ ਤਰੀਕੇ ਨਾਲ ਕੋਈ ਵਧੀਆ ਸਮਾਜ ਸੁਧਾਰਕ ਗੱਲ ਤੁਹਾਨੂੰ ਕਰਨੀ ਚਾਹੀਦੀ ਹੈ, ਕੋਈ ਮੈਸੇਜ ਇੱਦਾਂ ਦਾ ਦੇਣਾ ਚਾਹੀਦਾ ਜਿਹ ਤੋਂ ਸਮਾਜ ਦੇ ਵਿੱਚ ਸੁਧਾਰ ਆਵੇ, ਜਾਂ ਆਉਣ ਵਾਲੀ ਜਨਰੇਸ਼ਨ ਉੱਥੋਂ ਕੋਈ ਕੰਮ ਗੱਲ ਸਿੱਖੇ। ਸੋ ਇਸ ਫਿਲਮ ਦੇ ਵਿੱਚ ਇੱਕ ਪਿਆਰਾ ਜਿਹਾ ਮੈਸੇਜ ਵੀ ਹੈ ਜੀ, ਤੁਹਾਨੂੰ ਅੰਧ ਵਿਸ਼ਵਾਸ ਨਹੀਂ ਅਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਜਿਹੜੇ ਟੂਣੇ ਟਾਮਣ ਨੇ ਇਹਨਾਂ 'ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਤੁਹਾਡੇ ਇਨਰ ਜਿਹਦਾ ਇਨਰ ਸਟਰੋਂਗ ਹੈ, ਜਾਂ ਤੁਹਾਡੀ ਵਿਲ ਪਾਵਰ ਜੇ ਇੰਨੀ ਸਟਰੋਂਗ ਹੋਣੀ ਚਾਹੀਦੀ, ਮੈਨ ਕੈਨ ਡੂ ਐਨੀਥਿੰਗ, ਤੁਸੀਂ ਕੁਛ ਵੀ ਕਰ ਸਕਦੇ ਹੋ ਜ਼ਿੰਦਗੀ ਦੇ ਵਿੱਚ। ਸੋ ਉਸੇ 'ਤੇ ਆਧਾਰਿਤ ਸਾਡੀ ਇਹ ਫਿਲਮ ਹੈ, ਪਿਆਰਾ ਜਿਹਾ ਮੈਸੇਜ ਹੈ ਵੀ ਇਹਨਾਂ ਚੀਜ਼ਾਂ 'ਤੇ ਵਿਸ਼ਵਾਸ ਨਾ ਕਰੋ। ਤੁਸੀਂ ਕਿਹਾ ਵੀ ਅੰਧ ਵਿਸ਼ਵਾਸ 'ਤੇ ਸਾਨੂੰ ਨਹੀਂ ਚੱਲਣਾ ਚਾਹੀਦਾ, ਅਤੇ ਫਿਰ ਤੁਸੀਂ ਆਪਣੇ ਉਂਗਲੀ ਦੇ ਵਿੱਚ ਇੱਕ ਛੱਲਾ ਪਾਇਆ, ਇਹ ਤੁਸੀਂ ਕਿਉਂ ਪਾਇਆ? ਅੱਛਾ, ਇਹ ਤੁਹਾਨੂੰ ਕਿਸੇ ਨੇ ਪਵਾਇਆ ਜਾਂ ਫਿਰ ਤੁਸੀਂ ਵੈਸੇ ਹੀ ਸ਼ੌਂਕੀਆ ਤੌਰ 'ਤੇ ਪਾਇਆ? ਮੈਂ ਦੱਸਦਾ ਜੀ, ਇਹਦੀ ਕੀਮਤ ਜੇ ਬਾਜ਼ਾਰ ਦੇ ਵਿੱਚ ਜਾਈਏ ਤਾਂ 10-15-20 ਰੁਪਏ ਹੋਣੀ ਹੈ ਜੀ, ਪਰ ਮੇਰੇ 2 ਡਾਟਰਸ ਨੇ ਜੀ, ਮੇਰੀਆਂ ਬੇਟੀਆਂ ਨੇ ਜੀ, ਦਿਲਨਾਜ਼ ਢਿੱਲੋਂ ਅਤੇ ਮੰਨਤ ਢਿੱਲੋਂ, ਉਹਨਾਂ ਦੋਨਾਂ ਨੇ ਇਹ ਬਾਜ਼ਾਰ ਦੇ ਵਿੱਚੋਂ ਖਰੀਦ ਕੇ ਮੇਰੇ ਪਾਇਆ, ਮੈਂ ਹੋਰ ਕੁਛ ਨਹੀਂ ਪਾਇਆ, ਮੇਰੇ ਵਾਸਤੇ ਅਨਮੁੱਲ ਹੈ ਜੀ ਇਹ, ਸਭ ਤੋਂ ਵੱਡੀ ਚੀਜ਼ ਆ ਮੇਰੇ ਕੋਲ, ਮੈਂ ਕਦੇ ਨਹੀਂ ਲਾਇਆ ਮੁੜ ਕੇ ਉਸ ਤੋਂ ਬਾਅਦ ਜੀ, ਮੈਂ ਕਿਸੇ ਦੇ ਪੰਡਿਤ ਦੇ ਜਾਂ ਉਹਦੇ ਕਹਿਣ 'ਤੇ ਨਹੀਂ ਪਾਇਆ ਜੀ। ਸੋ ਮੈਂ ਆਪਣੀਆਂ ਧੀਆਂ ਨੂੰ ਬਹੁਤ ਪਿਆਰ ਕਰਦਾ ਜੀ, ਉਹਨਾਂ ਦੀ ਬਦੌਲਤ ਮੈਂ ਇੱਥੇ ਹਾਂ, ਇਸ ਕਰਕੇ ਮੈਂ ਇਹ ਲਾਉਂਦਾ ਨਹੀਂ ਕਦੇ ਵੀ। ਫਿਰ ਤੁਹਾਨੂੰ ਕਦੇ ਲਾਉਣਾ ਵੀ ਨਹੀਂ ਚਾਹੀਦਾ, ਕਿਉਂਕਿ ਇਹ ਸੱਚੀ ਬਹੁਤ ਅਣਮੁੱਲਾ ਅਤੇ ਅਮੋਲਕ ਚੀਜ਼ ਹੈ। ਅਤੇ ਦੂਜੀ ਗੱਲ, ਤੁਸੀਂ ਕਹਿੰਦੇ ਮੈਂ ਟੂਣੇ ਟਾਮਣ 'ਤੇ ਮੈਂ ਵਿਸ਼ਵਾਸ ਕਰਦਾ ਨਹੀਂ ਜੀ, ਮੈਂ ਇੱਕ ਛੋਟਾ ਜਿਹਾ ਤੁਹਾਨੂੰ ਇੰਸੀਡੈਂਟ ਸੁਣਾ ਦਿੰਦਾ। ਮੈਂ ਧੂਰੀ ਪਿੰਡ ਨੂੰ ਬਿਲੋਂਗ ਕਰਦਾ, ਤਾਂ ਉੱਥੋਂ ਮੈਂ ਭੱਜਣ ਜਾਂਦਾ ਸੀ, ਸਾਰਾ ਪਿੰਡ ਸਾਡਾ ਭੱਜਣ ਜਾਂਦਾ, ਨਾਲ ਧੂਰਾ ਪਿੰਡ
ਤਾਂ ਉਹਨਾਂ ਵੇਲੇ ਜਦੋਂ ਮੈਂ ਧੂਰੀ ਰਹਿੰਦਾ ਸੀਗਾ ਜੀ, ਤਾਂ ਆਉਂਦੇ ਹੋਏ ਨਾ ਜਦੋਂ ਖੇਡ ਕੇ ਆਉਣਾ ਜੀ, ਤਾਂ ਉਹ ਨਹਿਰ ਦੇ ਵਿੱਚ ਲੋਕ ਟੂਣੇ ਟਾਮਣ ਕਰਦੇ ਸੀ, ਜਿਹੜੇ ਆਹ ਨਾਰੀਅਲ ਤਾਰ 'ਤੇ ਲਾਲ ਕੱਪੜੇ 'ਚ ਲਪੇਟ ਕੇ, ਹੋਰ ਕਾਫੀ ਸਮਾਨ ਹੁੰਦਾ ਸੀ, 5 ਰੁਪਏ, 11 ਰੁਪਏ, 21 ਰੁਪਏ ਵੱਧ ਤੋਂ ਵੱਧ ਹੁੰਦੇ ਸੀ, ਦੂਜੇ ਜ਼ਿਆਦਾ ਰੁਪਏ ਨਹੀਂ ਹੁੰਦੇ ਸੀਗੇ, 21 ਰੁਪਏ ਵਾਲਾ ਤਾਂ ਕੋਈ ਅਮੀਰ ਬੰਦਾ ਕਰਦਾ ਸੀ, 5 ਰੁਪਏ ਵਾਲੇ ਹੁੰਦੇ ਸੀ ਆਮ ਜ਼ਿਆਦਾ। ਤਾਂ ਮੇਰੇ ਯਾਦ ਨਹੀਂ, ਘੱਟੋ ਘੱਟ ਮੈਂ 700-800 ਟੂਣਾ ਖਾਧਾ ਹੋਣਾ ਜੀ ਕੱਢ ਕੇ। ਮੈਂ ਤਾਂ ਵਿਸ਼ਵਾਸ ਕਿਵੇਂ ਕਰ ਸਕਦਾ, ਸੀਰੀਅਸਲੀ ਕਹਿੰਦਾ, ਕਿਉਂਕਿ ਉਦੋਂ ਹੁੰਦਾ ਸੀ ਨਾਰੀਅਲ 'ਚ ਦੱਸਦੇ ਸੀ ਫੈਟ ਜ਼ਿਆਦਾ ਹੁੰਦੀ ਹੈ, ਥੋੜ੍ਹਾ ਤਕੜੇ ਹੋ ਜਾਓ ਤੁਸੀਂ, ਭੱਜ ਭੱਜ ਕੇ ਪਤਲੀ ਇੰਨੇ ਸੀ, ਤਕੜੇ ਨਹੀਂ ਹੋਏਗੇ ਉਦੋਂ, ਹੈ ਨਾ ਜੀ। ਫਿਰ ਉਹ ਸ਼ਾਇਦ ਉਹੀ ਟੂਣਿਆਂ ਦਾ ਅਸਰ ਜਿਹੜਾ ਉਹ ਉਲਟਾ ਹੋ ਗਿਆ, ਅਤੇ ਅੱਜ ਉਹਨਾਂ ਨੇ ਸ਼ਾਇਦ ਤੁਹਾਨੂੰ ਇੱਕ ਇੰਨਾ ਫੇਮਸ ਅਤੇ ਇੱਕ ਵਧੀਆ ਕਲਾਕਾਰ ਬਣਾਤਾ। ਵਾਹਿਗੁਰੂ ਦੀ ਕਿਰਪਾ ਦੇ ਨਾਲ, ਆਪ ਸਭ ਦਾ ਆਸ਼ੀਰਵਾਦ ਦੇ ਨਾਲ ਹੈ ਜੀ, ਵਾਹਿਗੁਰੂ ਨੇ ਇਹ ਜਗ੍ਹਾ ਦਿਖਾਈ ਹੈ। ਐਂਡ ਜਿੱਥੇ ਵੀ ਕੋਈ ਕਲਾਕਾਰ ਜਾਂ ਜਿੱਥੇ ਵੀ ਕੋਈ ਆਰਟਿਸਟ, ਜਿੱਥੇ ਵੀ ਕੋਈ ਸਿੰਗਰ ਪਹੁੰਚਦਾ ਜੀ ਆਪਦੇ ਆਪ ਨਾ, ਉਹ ਸਭ ਤੁਹਾਡੀ ਬਦੌਲਤ ਪਹੁੰਚਦਾ, ਤੁਹਾਡੀਆਂ ਤਾੜੀਆਂ ਬੰਦੇ ਨੂੰ ਉੱਤੇ ਚੱਕ ਕੇ ਲੈ ਕੇ ਜਾਂਦੀਆਂ ਨੇ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਜਿੱਥੇ ਵੀ ਹਾਂ ਆਪ ਸਭ ਦੀ ਬਦੌਲਤ ਹਾਂ ਜੀ। ਅਤੇ ਜੇ ਹੁਣ ਆਪਾਂ ਗੱਲ ਕਰੀਏ ਪੰਜਾਬੀ ਇੰਡਸਟਰੀ ਦੀ, ਅਤੇ ਤੁਹਾਨੂੰ ਕੀ ਲੱਗਦਾ ਵੀ ਇੱਕ ਫਿਲਮ ਦੇ ਹਿੱਟ ਜਾਂ ਫਲੋਪ ਹੋਣ ਦੇ ਵਿੱਚ ਕਾਮੇਡੀ ਅਤੇ ਕਾਮੇਡੀ ਆਰਟਿਸਟ ਦਾ ਕਿੰਨਾ ਕੁ ਵੱਡਾ ਰੋਲ ਹੁੰਦਾ? ਨਹੀਂ, ਕਾਮੇਡੀ ਆਰਟਿਸਟ ਦਾ ਨਹੀਂ, ਵੱਡੀ ਗੱਲ ਤਾਂ ਜੀ ਜਿਹੜੇ ਕਹਿੰਦੇ ਨੇ ਵੀ ਅਸੀਂ ਹੀਰੋ ਹਾਂ ਜੀ, ਮੈਂ ਹੀਰੋ ਹਾਂ ਜਾਂ ਫਲਾਣਾ ਹੀਰੋ ਹੈ, ਬੇਸਿਕਲੀ ਜਿਹੜਾ ਬੇਸਿਕ ਦੇਖਿਆ ਜਾਵੇ ਤਾਂ ਹੀਰੋ ਤਾਂ ਸਕ੍ਰਿਪਟ ਹੁੰਦੀ ਹੈ ਜੀ, ਜਿਹੜੀ ਸਕ੍ਰਿਪਟ ਗੁੱਡ ਹੈ ਤਾਂ ਉਹ ਫਿਲਮ ਹਿੱਟ ਹੋ ਜਾਂਦੀ ਹੈ, ਅਤੇ ਅਦਰਵਾਈਜ਼ ਜੇ ਤੁਸੀਂ ਦੇਖੋ ਵੀ ਹਾਂ ਤੁਸੀਂ ਇਕੱਲੀਆਂ ਫਿਲਮਾਂ ਤੁਸੀਂ ਦੇਖਿਆ ਕਿ ਸਲਮਾਨ ਦੀਆਂ ਵੀ ਫਲੋਪ ਹੋ ਜਾਂਦੀਆਂ ਨੇ। ਕੰਟੈਂਟ ਕੰਸੈਪਟ ਤੁਹਾਡਾ ਬਹੁਤ ਸਟਰੋਂਗ ਹੋਣਾ ਚਾਹੀਦਾ, ਗੱਲ ਕਹਿਣ ਹੋਣੀ ਚਾਹੀਦੀ ਹੈ ਲੋਕਾਂ ਨੂੰ ਲੱਗੇ ਹਾਂ ਫਿਲਮ ਹੈ ਸਾਡੀ ਨਿੱਜੀ ਜ਼ਿੰਦਗੀ ਦੀ, ਜਿਹੜੀ ਸਾਡੀ ਆਮ ਰੋਜ਼ਮਰਾ ਦੀ ਜ਼ਿੰਦਗੀ, ਉਹਦੇ ਨੇੜੇ ਤੇੜੇ ਦੀਆਂ ਗੱਲਾਂ ਨੇ, ਹੈ ਨਾ, ਸਾਰਥਕ ਗੱਲ ਹੋਣੀ ਚਾਹੀਦੀ ਹੈ ਕੋਈ, ਤਾਂ ਉਹੀ ਫਿਲਮ ਹਿੱਟ ਹੁੰਦੀਆਂ ਨੇ। ਬਾਕੀ ਜੇ ਤੁਸੀਂ ਸੋਚੋ ਜਦੋਂ ਕਮੇਡੀ ਦਾ ਜਾਂ ਕੋਈ ਵਿਲਨ ਦਾ, ਉਹ ਤਾਂ ਕਰੈਕਟਰਸ ਨੇ, ਅੱਡ ਅੱਡ ਪਾਸ਼ੇ ਹਸਤਾਂ, ਥੋੜ੍ਹੇ ਥੋੜ੍ਹੇ ਆਪਦਾ ਕਿਰਦਾਰ, ਜਿਵੇਂ ਇੱਕ ਗੇਮ ਦੇਤੀ 2.25 ਘੰਟੇ ਦੀ ਗੇਮ ਹੈ, ਤੁਸੀਂ ਉਹ ਸਕਰੀਨ ਸ਼ੇਅਰ ਕਰਨੀ ਹੈ, ਮੇਰੇ ਹਿੱਸੇ ਸਮਝ ਲਓ 20 ਮਿੰਟ ਆਏ, ਮੈਂ ਆਪਦਾ 20 ਮਿੰਟ ਬਹੁਤ ਸੋਹਣਾ ਖੇਡ ਕੇ ਚਲਾ ਗਿਆ, ਪਰ ਜਿੰਨਾ ਚਿਰ ਟੀਮ ਨਹੀਂ ਜਿੱਤਦੀ ਤਾਂ ਉਹਦੀ ਜਿੱਤ ਕੋਈ ਜਿੱਤ ਮੈਨੇ ਨਹੀਂ ਰੱਖਦੀ। ਜਿੱਦਣ ਫਿਲਮ ਹਿੱਟ ਹੁੰਦੀ ਹੈ ਤਾਂ ਸਾਰੇ ਕਿਰਦਾਰ ਹਿੱਟ ਹੋ ਜਾਂਦੇ ਨੇ, ਸੋ ਇਕੱਲਾ ਇਕੱਲਾ ਕਿਰਦਾਰ ਚਾਹੀਦੀ, ਉਹ ਕਮੇਡੀ ਵਾਲਾ ਕੀਤਾ ਹੋਵੇ, ਚਾਹੀਦੀ ਉਹ ਵਿਲਨ ਵਾਲਾ ਕੀਤਾ ਹੋਵੇ, ਚਾਹੀਦੀ ਕੁੜੀ ਨੇ ਵਧੀਆ ਕੀਤਾ ਹੋਵੇ, ਚਾਹੀਦੀ ਹੀਰੋ ਨੇ ਵਧੀਆ ਕੀਤਾ ਹੋਵੇ, ਜੇ ਸਕ੍ਰਿਪਟ ਪੂਰਨ ਨਹੀਂ ਚੜ੍ਹਦੀ ਤੁਹਾਡੇ ਤੁਹਾਡੀ ਮੈਜਿਕ, ਜਿਹੜੀਆਂ ਤੁਹਾਡੀ ਸੋਚ ਹੈ ਜੇ ਉੱਥੇ ਤੁਹਾਡਾ ਤੁਹਾਨੂੰ ਲੱਗਦਾ ਵੀ ਹਾਂ ਉੱਥੇ ਤੱਕ ਇਹ ਕੰਮ ਕਰਨੀ ਵਰਕ ਨਹੀਂ ਕਰ ਸਕੀ, ਤਾਂ ਸਾਰਾ ਕੁਛ ਹੀ ਫੇਲ ਹੈ ਜੀ। ਪਰ ਜਦੋਂ ਕੰਟੈਂਟ ਜਾਂ ਕੰਸੈਪਟ ਬਹੁਤ ਵਧੀਆ ਆ ਜਾਂਦਾ, ਤੁਸੀਂ ਉਹ ਚਾਹੀਦੀ ਬਿਨਾਂ ਹੀਰੋ ਤੋਂ ਵੀ ਫਿਲਮ ਆਉਂਦੀਆਂ, ਨਵੇਂ ਮੁੰਡੇ ਨਾਲ ਵੀ ਆਉਂਦੇ, ਸਾਰੇ ਤੁਸੀਂ ਲਾਈਕ ਕਰਦੇ ਹੋ, ਸਾਰੇ ਪਿਆਰ ਕਰਦੇ ਹੋ। ਹਾਂਜੀ, ਮਤਲਬ ਟੀਮ ਵਰਕ ਬਹੁਤ ਜ਼ਰੂਰੀ ਹੈ ਇੱਕ ਫਿਲਮ ਨੂੰ ਹਿੱਟ ਬਣਾਉਣ ਦੇ ਲਈ। ਅਤੇ ਤੁਸੀਂ ਹੁਣ ਤੱਕ ਬਹੁਤ ਫਿਲਮਾਂ ਕਰ ਚੁੱਕੇ ਹੋ, ਅਤੇ ਜਦੋਂ ਤੁਸੀਂ ਕੋਈ ਫਿਲਮ ਸਾਈਨ ਕਰਦੇ ਹੋ, ਤੁਸੀਂ ਸੋਚਦੇ ਹੋ ਵੀ ਮੈਂ ਇਹ ਫਿਲਮ ਕਰਨੀ ਆ, ਸਭ ਤੋਂ ਪਹਿਲੀ ਚੀਜ਼ ਕਿਹੜੀ ਹੈ ਜਿਹੜੀ ਤੁਹਾਨੂੰ ਬਹੁਤ ਅਹਿਮੀਅਤ ਰੱਖਦੀ ਹੈ, ਤੁਸੀਂ ਉਹ ਚੀਜ਼ ਨੂੰ ਸਭ ਤੋਂ ਪਹਿਲਾਂ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਜੀ ਸਕ੍ਰਿਪਟ ਦੇਖਦਾ, ਸਕ੍ਰਿਪਟ ਕਿਹੜੀ ਹੈਗੀ ਵੀ ਆਪਾਂ ਨੂੰ ਵਾਕਈ ਜ਼ਿੰਦਗੀ ਦੇ ਵਿੱਚ, ਮੈਂ ਇਹ ਜਿਹਾ ਦਰਸ਼ਕ ਉਹਨੂੰ ਦੇਖਦਾ ਹੁੰਦਾ ਵੀ ਮੈਨੂੰ ਜੇ ਬਣ ਕੇ ਫਿਲਮ ਮੂਹਰੇ ਆਵੇ ਮੈਨੂੰ ਵਧੀਆ ਲੱਗਦੀ ਹੈ, ਫਿਰ ਸਭ ਤੋਂ ਜ਼ਿਆਦਾ ਆਪਦਾ ਫਰੈਂਡ ਸਰਕਲ ਨੇੜੇ ਵਾਲਾ ਹੁੰਦਾ ਵੀ ਸੁਣਨ ਦੁਆਰੇ ਵਧੀਆ ਲੱਗਦੀ ਆਪਾਂ ਨੂੰ ਇਹ ਕਰਨ ਨੂੰ, ਫਿਰ ਉਦੋਂ ਬਾਅਦ ਦੇਖਿਆ ਜਾਂਦਾ ਵੀ ਤੁਹਾਡਾ ਆਪਦਾ ਕਰੈਕਟਰ ਕੀ ਹੈ, ਵੀ ਬਾਕੀ ਇਹਦੇ ਕਰਨ ਲਾਇਕ ਕੁਛ ਹੈਗਾ, ਚੈਲੇਂਜਿੰਗ ਹੈਗਾ ਕੁਛ ਕਰਨ ਨੂੰ, ਵੱਖਰੀ ਗੱਲ ਹੈ ਜਾਂ ਕਿੱਦਾਂ ਦਾ ਹੈਗਾ, ਹੈ ਨਾ। ਫਿਰ ਉਦੋਂ ਬਾਅਦ ਉਹਦਾ ਦੇਖਿਆ ਐਗਜੀਕਿਊਸ਼ਨ ਕਿਹਨੇ ਕਰਨੀ ਹੈ, ਡਾਇਲੋਗਸ ਕਿਹਨੇ ਲਿਖਣੇ ਆ, ਸਕਰੀਨ ਪਲੇ ਕਿਹਨੇ ਕਰਨਾ ਵੀ ਉਹ ਬਣਾ ਵੀ ਸਕੂਗਾ ਇਸ ਚੀਜ਼ ਨੂੰ, ਫਿਰ ਐਗਜੀਕਿਊਟ ਕਿਹਨੇ ਕਰਨੀ ਹੈ, ਡਾਇਰੈਕਟਰ ਕੌਣ ਹੈ, ਫਿਰ ਉਸ ਤੋਂ ਬਾਅਦ ਦੇਖਦੇ ਕਾਸਟ, ਸਭ ਤੋਂ ਬਾਅਦ ਵੀ ਨਾਲ ਦੇ ਬੰਦੇ ਕੌਣ ਨੇ ਜਿਹਨਾਂ ਦੇ ਸਿਰ 'ਤੇ ਆਪਾਂ ਚੱਕ ਕੇ ਫਿਲਮ ਸੁਣਨ ਨੂੰ ਬਹੁਤ ਸੋਹਣੀ ਲੱਗ ਰਹੀ ਹੈ, ਐਗਜੀਕਿਊਸ਼ਨ ਬੜੀ ਵਧੀਆ ਲੱਗ ਰਹੀ ਹੈ, ਹਾਂ ਮਿਊਜ਼ਿਕ ਵੀ ਵਧੀਆ ਕਰ ਲਾਂਗੇ, ਡਾਇਲੋਗਸ ਵੀ ਫਲਾਣਾ ਬੰਦਾ ਰਹੇਗਾ, ਸਕਰੀਨ ਪਲੇ ਵੀ ਗੁੱਡ ਹੋ ਗਿਆ, ਹੁਣ ਕੀ ਆਪਾਂ ਸਾਰੇ ਜਣੇ ਬਹੁਤ ਚੱਕ ਸਕਦੇ ਹਾਂ, ਫਿਰ ਉਹ ਦੇਖੀਦਾ ਜੀ, ਉਦੋਂ ਬਾਅਦ ਫਿਰ ਪਲੇਟਫਾਰਮ 'ਤੇ ਆਈਦਾ ਜੀ। ਅਤੇ ਜਿਵੇਂ ਇੱਕ ਗੱਲ ਬਹੁਤ ਸੁਣਨ ਨੂੰ ਮਿਲਦੀ ਹੈ ਵੀ ਜਿਹੜੇ ਕਾਮੇਡੀ ਆਰਟਿਸਟ ਨੇ ਕਹਿੰਦੇ ਉਹ ਸਕ੍ਰਿਪਟ 'ਚ ਬਹੁਤ ਦਖਲ ਅੰਦਾਜ਼ੀਆਂ ਕਰਦੇ ਨੇ, ਵੀ ਉਹ ਆਪਣੇ ਡਾਇਲੋਗਸ ਆਪ ਹੀ ਲਿਖ ਲੈਂਦੇ ਨੇ, ਵੀ ਆਪਦੇ ਤਰੀਕੇ ਨਾਲ ਉਹਨਾਂ ਨੂੰ ਬਦਲ ਲੈਂਦੇ ਨੇ, ਇਹ ਗੱਲ 'ਚ ਕਿੰਨੀ ਕੁ ਸੱਚਾਈ ਹੈ? ਨਹੀਂ, ਜਿਹੜੀ ਕਾਮੇਡੀ ਹੈ ਜੀ ਆਲਵੇਜ਼ ਕਦੇ ਵੀ ਉਹ ਇਨਵਾਈਟਡ ਕਾਮਰਸ ਦੇ ਵਿੱਚ ਬੰਦੀ ਹੋਈ ਨਹੀਂ, ਬੰਦਿਸ਼ ਦੇ ਵਿੱਚ ਨਹੀਂ ਰਹਿ ਸਕਦੀ, ਉਹ ਜਦੋਂ ਤੁਸੀਂ ਜਿਵੇਂ ਹੁਣ ਆਪਾਂ ਇੱਥੇ ਬੈਠੇ ਹਾਂ ਤਾਂ ਇੱਥੇ ਵਿਲੱਖਣ ਮਾਹੌਲ ਹੈ, ਇੱਕ ਜਿਹੜਾ ਸਕ੍ਰਿਪਟ ਰਾਈਟਰ ਹੁੰਦਾ ਉਹ ਬਕਾਇਦਾ ਇੱਕ ਇੱਕ ਥੋਟ ਲੈ ਕੇ ਚੱਲਦਾ ਆਪਦਾ, ਹੈ ਨਾ, ਉਹਨੇ ਤਾਂ ਬੈਠ ਕੇ ਲਿਖ ਦੇਣਾ ਘੋੜੇ 'ਤੇ ਜਾਏਗਾ, ਉਹ ਬਾਅਦ 'ਚ ਕਈ ਵਾਰੀ ਜਦੋਂ ਫਿਲਮ ਐਗਜੀਕਿਊਟ ਕਰਨ ਲੱਗਦਾ ਤਾਂ ਡਾਇਰੈਕਟਰ ਜਾਂ ਪ੍ਰੋਡਿਊਸਰ ਸੋਚ ਕੇ ਕਹਿੰਦੇ ਘੋੜਾ ਕਿੱਥੋਂ ਲਿਆਈ ਯਾਰ, ਫਿਰ ਬਾਅਦ 'ਚ ਇਹਦੀਆਂ ਪਰਮਿਸ਼ਨਾਂ ਲੈਣੀਆਂ ਪੈਣੀਆਂ, ਡਾਕਟਰ ਤੋਂ ਸਰਟੀਫਿਕੇਟ ਲੈਣਾ ਪੈਣਾ, ਤਾਂ ਕਿਉਂ ਨਾ ਆਪਾਂ ਸਕੂਟਰ 'ਤੇ ਕਰ ਲਈਏ, ਹੈ ਨਾ, ਜਾਂ ਕਿਉਂ ਨਾ ਬੁਲਟ 'ਤੇ ਕਰ ਦਈਏ, ਕਿਉਂ ਨਾ ਕਾਰ 'ਚ ਲੈ ਜਾਈਏ ਆਪਣੇ ਹੀਰੋ ਨੂੰ, ਤਾਂ ਉਹ ਸਾਰਾ ਕੁਝ ਸਿਚੁਏਸ਼ਨ ਮੁਤਾਬਕ ਚੇਂਜ ਹੁੰਦਾ ਰਹਿੰਦਾ। ਪਰ ਜਿੰਨੇ ਵੀ ਮੇਰੇ ਖਿਆਲ 'ਚ ਜਿੰਨੇ ਵੀ ਆਰਟਿਸਟ ਨੇ, ਤਾਂ ਉਹ ਸਾਰੇ ਜਣੇ ਇਮੀਡੀਏਟ ਬੌਸ ਤੁਹਾਡਾ ਹੁੰਦਾ ਜੀ ਡਾਇਰੈਕਟਰ, ਤਾਂ ਡਾਇਰੈਕਟਰ ਤੋਂ ਪੁੱਛ ਕੇ ਜੇ ਕੋਈ ਚੀਜ਼ ਫਿਲਮ ਦੀ ਬੈਟਰਮੈਂਟ ਲਈ ਹੁੰਦੀ ਹੈ ਤਾਂ ਇੱਕ ਵਾਰੀ ਇੰਪਰੋਵਾਈਜ਼ ਤਾਂ ਸਾਰੇ ਕਰਦੇ ਨੇ, ਪਰ ਜਿਹੜੀ ਚੀਜ਼ ਬੈਟਰਮੈਂਟ ਲਈ ਹੁੰਦੀ ਹੈ ਉਹ ਅਸੀਂ ਰੱਖ ਲੈਂਦੇ, ਬਾਕੀ ਕੱਟ ਦਿੰਦੇ ਹਾਂ। ਠੀਕ ਹੈ ਜੀ, ਤੁਹਾਡੇ ਡਾਇਲੋਗ ਤਾਂ ਇੰਨੇ ਕੁ
ਸੀਗਾ ਜੀ ਥੋੜ੍ਹਾ ਜਿਹਾ ਫੁਕਰਾ ਇੱਕ ਤਰੀਕੇ ਦਾ ਅਫਸਰ ਉਹਨਾਂ ਵੇਲਿਆਂ ਦੇ ਉਸ 'ਚ ਆਪਣਾ ਸਟੇਸ਼ਨ ਮਾਸਟਰ ਸੀਗਾ ਤਾਂ ਉਹ ਕਰਕੇ ਮੈਨੂੰ ਬੜਾ ਵਧੀਆ ਲੱਗਿਆ ਮੈਨੂੰ ਆਪਦੇ ਮੇਰੇ ਮੈਨੂੰ ਬੜਾ ਈਜ਼ੀਲੀ ਕਰ ਲਿਆ ਮੈਨੂੰ ਉਹ ਕਿਉਂਕਿ ਕੈਰੀ ਕਰਨਾ ਉਹ ਕਰੈਕਟਰ ਬੜਾ ਵਧੀਆ ਲੱਗਿਆ ਜੀ ਆਪਦੇ ਆਪ 'ਚ ਹੈ ਨਾ ਇੱਕ ਵਿਲੱਖਣ ਕਰੈਕਟਰ ਸੀਗਾ ਫਿਰ ਸਭ ਤੋਂ ਜ਼ਿਆਦਾ ਐਪਰੀਸ਼ੀਏਸ਼ਨ ਮਿਲੀ ਸੀਗੀ ਉਹ ਸੀਗੀ ਜੀ ਕੈਰੀ ਔਨ ਜੱਟਾਂ ਦੇ ਵਿੱਚ ਜਿੱਥੇ ਤੁਸੀਂ ਕਹਿੰਦਾ ਢਿੱਲੋਂ ਨੇ ਕਾਲਾ ਕੋਟ ਐਵੇਂ ਤਾਂ ਨਹੀਂ ਪਾਇਆ ਕਿਉਂਕਿ ਮਜ਼ਾਹੀ ਸੁਭਾਅ ਹੈਗੇ ਨੇ ਆਪਣੇ ਪੰਜਾਬੀਆਂ ਦੇ ਖੁੱਲ੍ਹੇ ਸੁਭਾਅ ਨੇ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਆਪਾਂ ਨੂੰ ਸਟ੍ਰੈਸ ਬਹੁਤ ਹੈ ਕਿਸੇ ਨੂੰ ਮਾਂ ਬਿਮਾਰ ਹੈ ਕਿਸੇ ਨੂੰ ਬਾਪੂ ਨੂੰ ਦਵਾਈ ਦਵਾਉਣ ਦਾ ਕਿਸੇ ਨੂੰ ਬੱਚਿਆਂ ਨੂੰ ਸੈੱਟ ਕਰਨ ਦਾ ਕਿਸੇ ਨੂੰ ਘਰ ਪਾਉਣ ਦਾ ਕਿਸੇ ਨੂੰ ਪਾਸਪੋਰਟਾਂ ਦੇ ਵੀਜ਼ੇ ਲਵਾਉਣ ਦਾ ਹੋਰ ਨਹੀਂ ਤਾਂ ਕੁਝ ਗੁਆਂਢੀਆਂ ਦਾ ਫਿਕਰ ਤਾਂ ਹੈਗਾ ਹੀ ਹੈਗਾ ਹੈ ਨਾ ਵੀ ਇਹ ਕਿਵੇਂ ਕਮਾਈ ਜਾਂਦੇ ਨੇ ਸੋ ਸਟ੍ਰੈਸਫੁੱਲ ਲਾਈਫ ਦੇ ਵਿੱਚ ਜਦੋਂ ਵੀ ਮਜ਼ਾਹੀ ਆ ਕੋਈ ਫਿਲਮ ਆਉਂਦੀ ਹੈ ਤਾਂ ਤੁਸੀਂ ਸਾਰੇ ਉਸ ਨੂੰ ਸਵੀਕਾਰਦੇ ਹੋ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗਦੀ ਹੈ ਵੱਡੀ ਗੱਲ ਉਹ ਸਾਰੀ ਸਟੋਰੀ ਦੇ ਵਿੱਚ ਲਪੇਟੀ ਹੋਈ ਕਮੇਡੀ ਹੋਣੀ ਚਾਹੀਦੀ ਹੈ ਫਿਰ ਤੁਸੀਂ ਉਹਨੂੰ ਖੁੱਲ੍ਹ ਕੇ ਪਿਆਰ ਦਿੰਦੇ ਹੋ ਕਿਉਂਕਿ ਪੰਜਾਬੀਆਂ ਦੇ ਖੁੱਲ੍ਹੇ ਸੁਭਾਅ ਨੇ ਹਾਂਜੀ ਅਤੇ ਹੁਣ ਜਿਵੇਂ ਤੁਸੀਂ ਐਜ਼ ਅ ਹੀਰੋ ਆ ਰਹੇ ਹੋ ਹੈ ਨਾ ਅਤੇ ਤੁਹਾਡੀ ਫੇਵਰੇਟ ਹੀਰੋਇਨ ਜਿਹਦੇ ਨਾਲ ਤੁਹਾਨੂੰ ਲੱਗਦਾ ਕਿ ਮੈਂ ਫਿਊਚਰ 'ਚ ਇੱਕ ਫਿਲਮ ਜ਼ਰੂਰ ਕਰਨੀ ਹੈ ਨਹੀਂ ਕੋਈ ਇੱਦਾਂ ਦਾ ਕਿਉਂਕਿ ਸਾਡੇ ਤਾਂ ਫਿਲਮ ਇੰਡਸਟਰੀ ਹਜੇ ਰਿਵਾਈਵ ਵੀ ਕੀਤੀ ਹੈ ਜਿਹਦੇ ਵਿੱਚ ਉਸ ਤਰੀਕੇ ਨਾਲ 5-7 ਹੀਰੋਇਨਸ ਹੈਗੀਆਂ ਨੇ ਪਰ ਉੱਦਾਂ ਹੀਰੋਇਨਸ ਨੂੰ ਲੈ ਕੇ ਜਾਂ ਮੈਂ ਤਾਂ ਆਪ ਕਿਰਦਾਰ ਕਰਨ ਵਾਲਾ ਮੇਰਾ ਇੱਕ ਜਾਣੀ ਤੁਸੀਂ ਐਂ ਲਾ ਲਓ ਵੀ ਕੰਸੈਪਟ ਦੇ ਅਕੋਰਡਿੰਗ ਇੱਕ ਪਾਤਰ ਹੈ ਜਿਹੜਾ ਉਹ ਹੀਰੋ ਹੈ ਫਿਲਮ ਦਾ ਹੀਰੋ ਹੈ ਜੀ ਪਰ ਉੱਦਾਂ ਹੀਰੋ ਨਹੀਂ ਮੈਂ ਵੀ ਉਹ ਬਾਗਾਂ ਦੇ ਵਿੱਚ ਗਾਣੇ ਗਾਉਣ ਵਾਲਾ ਜਾਂ ਘਸੁੰਨ ਮੁੱਕੀ ਕਰਨ ਵਾਲਾ ਉੱਦਾਂ ਦਾ ਹੀਰੋ ਨਹੀਂ ਕਰੈਕਟਰ ਹੀਰੋ ਹੈ ਮੇਰੀ ਫਿਲਮ ਦੇ ਵਿੱਚ ਜਿਹਨੇ ਕੁ ਮੈਂ ਕਰਿਆ ਜੀ ਸਕ੍ਰਿਪਟ ਕਿਉਂਕਿ ਪ੍ਰਧਾਨ ਹੁੰਦੀ ਹੈ ਜੀ ਸਕ੍ਰਿਪਟ ਹੀਰੋ ਹੈ ਤਾਂ ਮੈਨੂੰ ਕੋਈ ਇਦਾਂ ਦਾ ਨਹੀਂ ਹੈਗਾ ਮੈਂ ਕਿਸੇ ਹੀਰੋਇਨ ਨਾਲ ਉਹ ਨਵੀਂ ਕੁੜੀ ਵੀ ਹੋ ਸਕਦੀ ਹੈ ਅਸੀਂ ਵੀ ਤਾਂ ਕਦੇ ਨਵੇਂ ਸੀ ਹਰੇਕ ਅਸੀਂ ਵੀ ਕਿਸੇ ਦੀ ਜਗ੍ਹਾ ਮੱਲੀ ਹੈ ਸਾਡੀ ਜਗ੍ਹਾ 'ਤੇ ਵੀ ਕਿਸੇ ਹੋਰ ਨੇ ਆਉਣਾ ਸੋ ਯੂ ਨੈਵਰ ਨੋ ਕੋਈ ਵੀ ਕੁੜੀ ਵਧੀਆ ਨਿਕਲ ਸਕਦੀ ਹੈ ਚਾਹੀਦੀ ਨਵੀਂ ਕੁੜੀ ਹੋਵੇ ਕਰਨ ਵਾਲੀ ਵਧੀਆ ਹੋਵੇ ਵੀ ਹਾਂ ਬਹੁਤ ਵਧੀਆ ਕਿਉਂਕਿ ਸਵੀਟ ਹਾਂ ਜ਼ਰੂਰੀ ਹੈ ਜਿਹੜੀ ਤੁਹਾਡੀ ਅਪੀਅਰੈਂਸ ਹੈ ਬਹੁਤ ਖੂਬਸੂਰਤ ਹੋਣੀ ਚਾਹੀਦੀ ਹੈ ਪਰ ਉਹਨੂੰ ਗੱਲ ਕਹਿਣੀ ਹੋਣੀ ਚਾਹੀਦੀ ਹੈ ਬਸ ਉਹ ਕੋਈ ਵੀ ਹੋਵੇ ਤਾਂ ਉਹ ਉਹਨੂੰ ਸਲਿਊਟ ਹੈ ਜੀ ਜਿਹੜੀ ਤਾਂ ਐਕਟਿੰਗ ਸਕਿੱਲਸ ਵਧੀਆ ਹੋਣ ਅਤੇ ਉਹੀ ਤੁਹਾਡਾ ਫੇਵਰੇਟ ਹੈ ਜੀ ਹਾਂ ਜਿਹਦੇ ਐਕਟਿੰਗ ਜਿਹਨੂੰ ਐਕਟਿੰਗ ਆਉਂਦੀ ਹੈ ਉਹਨੂੰ ਤਾਂ ਸਲਿਊਟ ਹੈ ਜੀ ਉਹਦੇ ਕਿਉਂਕਿ ਉਹਦੇ 'ਚ ਕਲਾ ਰੱਬ ਦੀ ਬਖਸ਼ਿਸ਼ ਤੋਂ ਉਹਦੀ ਰਹਿਮਤ ਤੋਂ ਬਿਨਾਂ ਨਹੀਂ ਆਉਂਦੀ ਸੋ ਜਿਹਦੇ ਰੱਬ ਨੇ ਰਹਿਮਤ ਕਰਦੀ ਤੁਸੀਂ ਉਹਦਾ ਵਿਗਾੜ ਕੁਛ ਨਹੀਂ ਸਕਦੇ ਤਾਂ ਉਹਦੇ ਰਜ਼ਾ 'ਚ ਰਾਜ਼ੀ ਰਹਿਣਾ ਚਾਹੀਦਾ ਉਹਦੇ ਨਾਲ ਹੀ ਲੱਗ ਜਾਣਾ ਚਾਹੀਦਾ ਉਹਨੂੰ ਸਲਿਊਟ ਕਰਨਾ ਚਾਹੀਦਾ ਹਾਂਜੀ ਜਿਵੇਂ ਹੁਣ ਤੁਸੀਂ ਕਿਹਾ ਵੀ ਐਕਟਿੰਗ ਸਕਿੱਲਸ ਤੁਹਾਡੇ ਲਈ ਬਹੁਤ ਮਾਇਨੇ ਰੱਖਦੀਆਂ ਨੇ ਤਾਂ ਅੱਜ ਦੀਆਂ ਫਿਲਮਾਂ 'ਚ ਆਪਾਂ ਦੇਖਦੇ ਹਾਂ ਸਪੈਸ਼ਲੀ ਜਿਹੜੀ ਆਪਣੀ ਪੰਜਾਬੀ ਇੰਡਸਟਰੀ ਆ ਬਾਲੀਵੁੱਡ ਤੋਂ ਵੀ ਹੀਰੋਇਨਸ ਆ ਰਹੀਆਂ ਨੇ ਪੰਜਾਬੀ ਫਿਲਮਾਂ 'ਚ ਬਹੁਤ ਦੇਖ ਰਹੇ ਹਾਂ ਤੁਹਾਨੂੰ ਲੱਗਦਾ ਹੈ ਕਿ ਐਕਟਿੰਗ ਸਕਿੱਲਸ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ ਜਦੋਂ ਇੱਕ ਕਾਸਟ ਕਰਦੇ ਆ ਇੱਕ ਤਾਂ ਹੈਗਾ ਜੀ ਜਦੋਂ ਜਿਹੜੀਆਂ ਬਾਲੀਵੁੱਡ ਵਾਲੀਆਂ ਇੱਥੇ ਆ ਕੇ ਕੰਮ ਕਰਦੀਆਂ ਨੇ ਅਤੇ ਐਕਟਰਸ ਜਾਂ ਐਕਟਰ ਜਿਹੜੇ ਕੰਮ ਕਰਦੇ ਨੇ ਤਾਂ ਉੱਥੋਂ ਮੈਂ ਬਹੁਤ ਆਪਦੇ ਆਪ ਨੂੰ ਮਾਣ ਮੱਤਾ ਮਹਿਸੂਸ ਕਰਦਾ ਪੰਜਾਬੀ ਇੰਡਸਟਰੀ ਦਾ ਮਤਲਬ ਗਰੋ ਕਰ ਰਹੀ ਹੈ ਉੱਥੇ ਤੱਕ ਵੀ ਸਾਡੀ ਖਬਰ ਹੈ ਵੀ ਕਿਉਂ ਨਾ ਪੰਜਾਬੀ ਫਿਲਮ ਕਰ ਹਾਂਜੀ ਹਾਂਜੀ ਬਿਲਕੁਲ ਇੱਕ ਵੇਲਾ ਤਾਂ ਇਹ ਸੀ ਪੰਜਾਬੀ ਫਿਲਮ 'ਚ ਦੇਖਣਾ ਵੀ ਬੰਦ ਕਰਤੀ ਸੀ ਹੈ ਨਾ ਜੀ ਤਾਂ ਹੁਣ ਹੁਣ ਉਹ ਵਕਤ ਆਇਆ ਜੀ ਪੰਜਾਬੀ ਸਿਨੇਮਾ 'ਤੇ ਉਹ ਸੁਨਹਿਰਾ ਦੌਰ ਆਇਆ ਜਦੋਂ ਹਿੰਦੀ ਸਿਨੇਮਾ ਵਾਲੇ ਵੱਡੇ ਵੱਡੇ ਬੈਨਰਸ ਵੀ ਦੇਖ ਕੇ ਫਿਲਮ ਲਾਉਂਦੇ ਨੇ ਪੰਜਾਬੀ ਦੀ ਕੋਈ ਵੱਡੀ ਫਿਲਮ ਤਾਂ ਨਹੀਂ ਲੱਗ ਰਹੀ ਹੈ ਨਾ ਸੋ ਉਸ ਗੱਲੋਂ ਮਾਣ ਮਹਿਸੂਸ ਕਰਦਾ ਬਾਕੀ ਸਕਿੱਲਸ ਤਾਂ ਇੱਥੇ ਵੀ ਹੈਗੀਆਂ ਨੇ ਪਰ ਕਿਤੇ ਨਾ ਕਿਤੇ ਸਾਡੇ ਹਜੇ ਇੰਡਸਟਰੀ ਦੇ ਵਿੱਚ ਇੱਦਾਂ ਹੈਗਾ ਜਿਹਦੇ ਪਿੱਛੇ ਪਹਿਲੀ ਫੈਨ ਫੋਲੋਇੰਗਸ ਹੈਗੀ ਹੈ ਜਿਹਨੂੰ ਦੇਖਣਾ ਪਸੰਦ ਕਰਦੇ ਆ ਹਜੇ ਪੋਸਟਰ ਵੈਲਿਊ ਹੈਗੀ ਹੈ ਨਵੇਂ ਕੰਸੈਪਟ ਨਵੇਂ ਕੰਟੈਂਟ ਜਦੋਂ ਵੀ ਕੋਈ ਨਵੇਂ ਮੁੰਡੇ ਨੂੰ ਲੈ ਕੇ ਜਾਂ ਨਵੀਂ ਐਕਟਰਸ ਨੂੰ ਨਵੇਂ ਹੀਰੋ ਨੂੰ ਲੈ ਕੇ ਕਰਦੇ ਨੇ ਕਿਤੇ ਕਿਤੇ ਨਾ ਲੋਕ ਉੱਥੇ ਅੰਦਰ ਜਾਣਾ ਥੋੜ੍ਹਾ ਜਿਹਾ ਝਿਜਕਦੇ ਨੇ ਹਜੇ ਤਾਂ ਸਾਡੇ ਦਰਸ਼ਕ ਹਜੇ ਉਨੇ ਅਵੇਅਰ ਨਹੀਂ ਹੈਗੇ ਜੇ ਦਰਸ਼ਕ ਇੰਨਾ ਅਵੇਅਰ ਹੋ ਜਾਏ ਜਿਵੇਂ ਇੱਕ ਮਿਸਾਲ ਹੈਗੀ ਹੈ ਪਿੱਛੇ ਜੱਸੜ ਬਾਈ ਜੀ ਦੀ ਇੱਕ ਫਿਲਮ ਆਈ ਸੀਗੀ ਰੱਬ ਦਾ ਰੇਡੀਓ ਤਾਂ ਉਹਨੂੰ ਬਾ ਕਮਾਲ ਪਿਆਰ ਦਿੱਤਾ ਤਾਂ ਉਸ ਗੱਲੋਂ ਸਲਿਊਟ ਹੈ ਦਰਸ਼ਕਾਂ ਨੂੰ ਬਹੁਤ ਵਧੀਆ ਕੰਮ ਕੀਤਾ ਹੈ ਨਾ ਜਦੋਂ ਤੁਸੀਂ ਜਦੋਂ ਨਵੀਂ ਜਨਰੇਸ਼ਨ ਨੇ ਆਉਣਾ ਹੀ ਹੈ ਤਾਂ ਕੰਟੈਂਟ ਕੰਸੈਪਟ ਦੇਖੋ ਜੇ ਬਹੁਤ ਵਧੀਆ ਤਾਂ ਉਹਨੂੰ ਬਣਦਾ ਪਿਆਰ ਜ਼ਰੂਰ ਦਿਓ ਅੰਦਰ ਜਾ ਕੇ ਦੇਖੋ ਤਾਂ ਅਸੀਂ ਬਣਾਇਆ ਕੀ ਹੈ ਹਾਂਜੀ ਬਿਲਕੁਲ ਅਤੇ ਜਿਵੇਂ ਤੁਸੀਂ ਸਾਰੇ ਪੰਜਾਬੀ ਇੰਡਸਟਰੀ ਦੇ ਸੁਪਰ ਸਟਾਰਸ ਨਾਲ ਕੰਮ ਕਰ ਚੁੱਕੇ ਹੋ ਗਿੱਪੀ ਗਰੇਵਾਲ ਐਮੀ ਵਿਰਕ ਦਿਲਜੀਤ ਦੋਸਾਂਝ ਤੁਹਾਨੂੰ ਸਭ ਤੋਂ ਵਧੀਆ ਨੇਚਰ ਕਿਹਦਾ ਲੱਗਦਾ ਹੈ ਕਿਹਦੇ ਨਾਲ ਕੰਮ ਕਰਕੇ ਤੁਹਾਨੂੰ ਬਹੁਤ ਖੁਸ਼ੀ ਹੋਈ ਮੈਨੂੰ ਮੈਂ ਸਭ ਤੋਂ ਪਹਿਲਾਂ ਮੈਨੂੰ ਕਿਉਂਕਿ ਹਿੰਦੀ ਇੰਡਸਟਰੀ 'ਚ ਤੁਸੀਂ ਮੇਰੇ ਭਰਾ ਜੀ ਮੇਰੇ ਬਹੁਤ ਹੀ ਸਤਿਕਾਰ ਹੈ ਉਹਨਾਂ ਪ੍ਰਤੀ ਜੀ ਮੈਨੂੰ ਤਾਂ ਜਿੰਮੀ ਸ਼ੇਰਗਿੱਲ ਬਾ ਕਮਾਲ ਇਨਸਾਨ ਲੱਗਦੇ ਨੇ ਬਾਕੀ ਸਾਰੇ ਵੀ ਬਹੁਤ ਵਧੀਆ ਨੇ ਪਰ ਉਹਨਾਂ ਨਾਲ ਮੇਰਾ ਨਿੱਜੀ ਹੈਗਾ ਜੀ ਮੇਰੇ ਭਰਾਵਾਂ ਵਾਂਗੂ ਨੇ ਅਤੇ ਆਲਵੇਜ਼ ਮੈਂ ਬਹੁਤ ਰਿਸਪੈਕਟ ਕਰਦਾ ਅਤੇ ਜੇ ਆਪਾਂ ਇਹਨਾਂ ਸਾਰੇ ਐਕਟਰਸ ਦੀ ਗੱਲ ਕਰੀਏ ਨਾ ਤਾਂ ਸਭ ਇਹਨਾਂ 'ਚ ਸਭ ਤੋਂ ਘੱਟ ਟੇਕ ਕੌਣ ਲੈਂਦਾ ਸ਼ੂਟ ਦੇ ਟਾਈਮ ਟੇਕ ਵਾਲਾ ਕੋਈ ਮਸਲਾ ਨਹੀਂ ਹੁੰਦਾ ਜੀ ਸ਼ਾਇਦ ਮੈਂ ਹੀ ਬਹੁਤ ਵੱਧ ਲੈਂਦਾ ਹਾਂ ਪਰ ਟੇਕ ਆਰਟਿਸਟ ਹੋਇਆ ਜਿਹੜਾ ਹਰ ਟੇਕ ਦੇ ਵਿੱਚ ਗਰੋ ਕਰੇ ਜੇ ਤੁਸੀਂ ਪਹਿਲਾ ਟੇਕ ਕੀਤਾ ਜੇ 20 ਟੇਕ ਆ ਉਹਦੇ ਵਿੱਚ ਫਰਕ ਹੈ ਨਾ ਜ਼ਮੀਨ ਅਸਮਾਨ ਦਾ ਤਾਂ ਉਹ ਆਰਟਿਸਟ ਹੀ ਗੁੱਡ ਆ ਉਹ ਕੋਈ ਇਸ਼ੂ ਨਹੀਂ ਹੈਗਾ ਵੀ 20 ਟੇਕ ਕਰਦਾ ਜਾਂ ਇੱਕ ਟੇਕ ਕਰਦਾ ਇੱਕ ਟੇਕ ਕਰਨ ਵਾਲਾ ਕੋਈ ਬਹੁਤ ਵੱਡਾ ਆਰਟਿਸਟ ਨਹੀਂ ਬਣ ਸਕਦਾ ਦੇਖਣਾ ਤਾਂ ਉਹ 20 ਟੇਕ ਹੀ ਹੈ ਨਾ ਆਡੀਅੰਸ ਨੂੰ ਪਰ ਉਹ ਗਰੋ ਕਰਨਾ ਚਾਹੀਦਾ ਆਪਦੇ ਆਪ ਉਹਨੂੰ ਐਂ ਲੱਗੇ ਵੀ ਹਾਂ ਜਿਹੜਾ 20 ਟੇਕ ਦਿੱਤਾ ਕਮਾਲ ਹੀ ਕਰਤੀ ਮਤਲਬ ਇਹ ਰੋਲ ਤੇ ਸਿਚੁਏਸ਼ਨ ਤੇ ਡਿਪੈਂਡ
ਕਰਦਾ ਫਾਈਵਵੁੱਡ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਹਮੇਸ਼ਾ ਹੀ ਬਹੁਤ ਵਧੀਆ ਸਾਡੀ ਪੰਜਾਬੀ ਇੰਡਸਟਰੀ ਨੂੰ ਸਪੋਰਟ ਕਰਦੇ ਨੇ ਵੀਰ ਵਾਹਿਗੁਰੂ ਤੁਹਾਨੂੰ ਫਾਈਵਵੁੱਡ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਫਾਈਵਵੁੱਡ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਢੇਰ ਸਾਰਾ ਪਿਆਰ ਢੇਰ ਸਾਰੀਆਂ ਸ਼ੁਭਕਾਮਨਾਵਾਂ ਅਤੇ ਮੇਰੀ ਫਿਲਮ ਆ ਰਹੀ ਹੈ ਜੀ ਵੇਖ ਕੇ ਬਰਾਤਾਂ ਚੱਲੀਆਂ 28th July ਨੂੰ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਇਸ ਗੱਲ ਦੀ ਗਰੰਟੀ ਲੈਣਾ ਸਾਰੇ ਜਾਣੇ ਜਦੋਂ ਬਾਹਰ ਨਿਕਲੋਗੇ ਇਸ ਫਿਲਮ ਦੇਖ ਕੇ ਤਾਂ ਮੇਰੇ ਖਿਆਲ 'ਚ ਮੇਰਾ ਪੁਰਾਣਾ ਡਾਇਲੋਗ ਯਾਦ ਕਰੋਗੇ ਇਸ ਵਾਰ ਫਿਰ ਕਹੋਗੇ ਵੀ ਮੈਨੂੰ ਨੇ ਬੁਲਸ਼ਿਟ ਕਰਾਤੀ ਸੋ ਜ਼ਰੂਰ ਦੇਖ ਕੇ ਆਓ ਤੁਸੀਂ ਸਾਰੇ ਜਾਣੇ ਤ੍ਰਿਪਤ ਹੋ ਕੇ ਨਿਕਲੋਗੇ ਫਿਰ ਸਿਨੇਮਾ ਘਰਾਂ ਦੇ ਵਿੱਚੋਂ Thank you so much and God bless you.